ਸਾਡੇ ਦੇਸ਼ ਦੇ ਅੰਦਰ ਨਵੇਂ ਅਧਿਆਇ ਦੀ ਸ਼ੁਰੂਆਤ ਹੈ। ਦੂਜੇ ਪਾਸੇ ਉਹ ਲੋਕ ਜਿਹੜੇ ਬਹੁਤ ਵੱਡੀਆਂ ਗੱਪਾਂ ਮਾਰਦੇ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵੱਡੇ ਵੱਡੇ ਗੱਪ ਰੋੜ ਕੇ ਸਰਕਾਰ ਬਣਾਈ, ਤੇ ਉਹਨਾਂ ਨੇ ਦਿੱਲੀ ਦੇ ਵਿੱਚ ਜਾ ਕੇ ਵੀ ਯਤਨ ਕੀਤਾ ਕਿ ਵੱਡੀਆਂ ਗੱਪਾਂ ਮਾਰ ਕੇ, ਵੱਡੀਆਂ ਗੱਲਾਂ ਕਰਕੇ, ਝੂਠ ਬੋਲ ਕੇ ਦਿੱਲੀ ਦੇ ਵੋਟਰ ਨੂੰ ਅਸੀਂ ਆਪਣੀ ਪਾਰਟੀ ਦੇ ਪੱਖ ਭੁਗਤਾ ਲਈਏ। ਪਰ ਦਿੱਲੀ ਦੇ ਵੋਟਰ ਨੇ ਤਰ੍ਹਾਂ ਦੀ ਚਪੇੜ ਮਾਰੀ ਹੈ ਝੂਠ ਬੋਲਣ ਵਾਲਿਆਂ ਦੇ ਮੂੰਹ ਦੇ ਉੱਤੇ। ਕੈਪਟਨ ਅਮਰਿੰਦਰ ਸਿੰਘ ਦਿੱਲੀ ਗਏ, 12 ਲੱਖ ਨੌਕਰੀਆਂ, 5 ਰੁਪਏ 6 ਰੁਪਏ ਯੂਨਿਟ ਬਿਜਲੀ, ਮਤਲਬ ਕਿ ਝੂਠ ਬੋਲਣ ਵਾਲੇ ਲੀਡਰਾਂ ਨੂੰ ਦਿੱਲੀ ਦੇ ਵੋਟਰ ਨੇ ਬੈਡਲੀ ਨਕਾਰਿਆ। ਬੀਜੇਪੀ ਜਿਹੜੀ ਸਕੂਟਰ ਪਾਰਟੀ ਸੀਗੀ ਉਹ ਥੋੜੀ ਜਿਹੀ ਤਰੱਕੀ ਕਰ, ਪਰ ਮੈਂ ਇਹ ਕਹੂੰਗਾ ਤਰੱਕੀ ਕਰਕੇ ਮਿਨੀ ਬੱਸ ਤੇ ਚਲੇ ਗਏ। ਇਹ ਕਹੂੰਗਾ ਕਿ ਸਮੇਤ ਨਰਿੰਦਰ ਮੋਦੀ ਸਾਹਿਬ, ਸਮੇਤ ਅਮਿਤ ਸ਼ਾਹ ਤੇ ਬੀਜੇਪੀ ਦੇ ਦੇਸ਼ ਅੰਦਰ ਸਾਰੇ ਮੈਂਬਰ ਪਾਰਲੀਮੈਂਟ, ਸਾਰੇ ਸੂਬਿਆਂ ਦੇ ਬੀਜੇਪੀ ਦੀਆਂ ਸਰਕਾਰਾਂ ਦੇ ਮੁੱਖ ਮੰਤਰੀ, ਮੰਤਰੀ ਤੇ MLA ਸਭਾ, ਸਾਰੇ ਬੀਜੇਪੀ ਦੀ ਤਾਕਤ ਝੋਕਣ ਤੋਂ ਬਾਅਦ ਅੱਗੇ ਦਿੱਲੀ ਦੇ ਵੋਟਰ ਨੇ ਗੱਪ ਬਨਾਮ ਕੰਮ ਦੇ ਉੱਤੇ ਮੋਹਰ ਲਾਈ। ਸੁਣੋ ਮੈਂ ਦੱਸਦਾ, ਅਸਲ ਕੇਜਰੀਵਾਲ ਸਾਹਿਬ ਨੋ ਡਾਊਟ ਦਿੱਲੀ ਵਾਸਤੇ ਬੜੇ ਇਮਾਨਦਾਰ ਹੈਗੇ ਆ, ਦਿੱਲੀ ਸਟੇਟ ਵਾਸਤੇ, ਪਰ ਪੰਜਾਬ ਪ੍ਰਤੀ ਉਹਨਾਂ ਦੀ ਪਹੁੰਚ ਜਿਹੜੀ ਆ ਉਹ ਪਿਛੋਕੜ ਦੇ ਵਿੱਚ ਚੰਗੀ ਨਹੀਂ ਰਹੀ। ਇਹ ਗੱਲ ਮੈਨੂੰ 100 ਵਾਰੀ ਕਹਿਣੀ ਪਵੇ ਤੇ ਕਹਾਂਗਾ, ਕਿਉਂਕਿ ਕੇਜਰੀਵਾਲ ਸਾਹਿਬ ਨੇ ਸਾਡੇ ਨਾਲ ਅਲਾਇੰਸ ਕੀਤਾ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਦਿੱਲੀ ਤੋਂ ਪੰਜਾਬ ਨੂੰ ਪਾਣੀ ਦੀ ਕੀਮਤ ਭੇਜਾਂ, ਨਥਿੰਗ। ਫਿਰ ਉਹਨਾਂ ਨੇ ਵਿਕਰਮ ਰੀਠੀਆ ਚਿੱਟੇ ਦਾ ਸਭ ਤੋਂ ਵੱਡਾ ਸਰਗਣਾ, ਉਹਨੂੰ ਫੜ ਕੇ ਜੇਲ ਕਰ ਲਓ ਤੋਂ ਘੜੀਸ ਕੇ ਜੇਲ ਚ ਸੁੱਟਣ ਦੀ ਗੱਲ, ਉਹਨੂੰ ਕਲੀਨ ਚਿੱਟ ਮਾਫੀ ਮੰਗਦੇ ਹੋਏ, ਬਾਦਲਾਂ ਦੀਆਂ ਵੋਲਵੋ ਬੱਸਾਂ ਇੰਡੋ ਕੈਨੇਡੀਅਨ ਦਿੱਲੀ ਏਅਰਪੋਰਟ ਦੇ ਉੱਤੇ ਦੜਾ ਦੜ ਪੰਜਾਬੀਆਂ ਨੂੰ ਲੁੱਟ ਰਹੀਆਂ ਨੇ, ਰੋਡਵੇਜ ਦੀ ਵੋਲਵੋ ਬੰਦ। ਸੋ ਕੇਜਰੀਵਾਲ ਸਾਹਿਬ ਨੂੰ ਇੱਕ ਵਾਰੀ ਜ਼ਰੂਰ ਇਹ ਸਾਰਾ ਕੁਛ ਇਹਨੂੰ ਰਿਵਿਊ ਕਰਨਾ ਚਾਹੀਦਾ। ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਅੰਦਰ ਲੀਡਰਸ਼ਿਪ ਆ, MLAs ਨੇ, MP ਆ, ਉਹਨਾਂ ਸਾਰਿਆਂ ਨੂੰ ਕੇਜਰੀਵਾਲ ਸਾਹਿਬ ਕੋਲ ਇਹ ਗੱਲਾਂ ਜ਼ਰੂਰ ਰੱਖਣੀਆਂ ਚਾਹੀਦੀਆਂ। ਪੰਜਾਬ ਦੇ ਪਾਣੀ ਦੀ ਕੀਮਤ ਪਹਿਲਕਦਮੀ ਕਰਾ ਦੇਣ ਕੇਜਰੀਵਾਲ ਸਾਹਿਬ ਤੋਂ, ਕਿਉਂਕਿ ਬੜਾ ਥੋੜਾ ਜਿਹਾ ਪਾਣੀ ਜਾ ਰਿਹਾ ਪੰਜਾਬ ਦਾ, ਛੋਟੀ ਜਿਹੀ ਰਕਮ ਬਣਨੀ ਹੈ। ਜੇ ਕੇਜਰੀਵਾਲ ਸਾਹਿਬ ਦਿੰਦੇ ਆ ਸਾਡੇ ਪੰਜਾਬ ਵਾਸਤੇ ਗੇਟ ਖੁੱਲ ਜਾਂਦਾ, ਰਸਤਾ ਬਣ ਜਾਂਦਾ, ਅਸੀਂ ਰਾਜਸਥਾਨ ਤੋਂ ਪਾਣੀ ਦੀ ਕੀਮਤ ਲੈਣ ਲਈ ਸਾਡੇ ਕੋਲ ਬਹੁਤ ਵੱਡਾ ਐਗਜ਼ਾਮਪਲ, ਬਹੁਤ ਵੱਡਾ ਸਾਡੇ ਕੋਲ ਇੱਕ ਰਸਤਾ ਬਣ ਜਾਊਗਾ ਕਿ ਸਾਨੂੰ ਦਿੱਲੀ ਨੇ ਸਟਾਰਟ ਕਰਤੀ, ਜਿਹੜਾ ਕਿ ਕੇਜਰੀਵਾਲ ਸਾਹਿਬ ਨੇ 2017 ਦੇ ਵਿੱਚ ਸਾਡੇ ਨਾਲ ਪ੍ਰੋਮਿਸ ਵੀ ਕੀਤਾ ਸੀ। ਮੈਂ ਸਰ ਤੁਸੀਂ ਪਿੱਛੇ ਜੇ ਕਿਹਾ ਸੀਗਾ ਕਿ ਜਿਹੜੇ ਅਸੀਂ ਜਿਹੜੇ ਪੰਜਾਬ ਵਾਸਤੇ ਜਿਹੜੇ ਵਧੀਆ ਸੋਚਦੇ ਜਿਹੜੇ ਅਸੀਂ ਇੱਕ ਮੰਚ ਤੇ ਇਕੱਠਾ ਕਰਾਂਗੇ, ਜੇ ਆਮ ਆਦਮੀ ਪਾਰਟੀ ਵਾਸਤੇ ਤੁਸੀਂ ਤੁਹਾਨੂੰ ਕੀ ਲੱਗਦਾ ਹੋਵੇ ਇਕੱਠੇ ਕਰੋਗੇ? ਮੈਂ ਹਮੇਸ਼ਾ ਇਹ ਗੱਲ ਕਹੀ ਸੀ ਜਿਹੜੇ ਪੰਜਾਬ ਪ੍ਰਤੀ ਚੰਗੀ ਪਹੁੰਚ ਰੱਖਣ ਵਾਲੇ ਪੰਜਾਬ ਪ੍ਰਸਤ ਲੋਕ ਹੈਗੇ, ਜਿਹੜੇ ਚਾਹੁੰਦੇ ਆ ਕਿ ਪੰਜਾਬ ਦੇ ਵਿੱਚੋਂ ਕਰਪਸ਼ਨ ਤੇ ਲੂਟ ਮਾਫੀਆ ਸਮਾਪਤ ਹੋਵੇ, ਇਹ ਇਕੱਲਾ ਬੈਂਸ ਨਹੀਂ ਕਹਿ ਰਿਹਾ, ਇਹ ਪੰਜਾਬੀ ਇਕੱਲਾ ਪੰਜਾਬ ਦੇ ਵਸਦਾ ਨਹੀਂ ਕਹਿ ਰਿਹਾ, ਇਹ ਪੂਰੀ ਦੁਨੀਆਂ ਚ ਵਸਦਾ ਪੰਜਾਬੀ ਅੱਜ ਮੰਗ ਕਰਦਾ ਕਿ ਜਿਹੜੇ ਪੰਜਾਬ ਪ੍ਰਤੀ ਚੰਗੀ ਪਹੁੰਚ ਰੱਖਣ ਵਾਲੇ ਲੋਕ ਹੈਗੇ ਉਹ ਇੱਕ ਮੰਚ ਤੇ ਇਕੱਠੇ ਹੋ ਜਾਣ, ਇਸ ਦਿਸ਼ਾ ਦੇ ਵਿੱਚ, ਇਸ ਦਿਸ਼ਾ ਦੇ ਵਿੱਚ ਅਸੀਂ ਬੜਾ ਅੱਗੇ ਵੀ ਵਧੇ ਹਾਂ। ਨੋ ਡਾਊਟ ਜਿਹੜੀਆਂ ਗੱਲਾਂ ਭਵਿੱਖ ਦੇ ਵਿੱਚ ਪੰਜਾਬ ਦੇ ਅੰਦਰ ਕੇਜਰੀਵਾਲ ਸਾਹਿਬ ਵੱਲੋਂ ਕੀਤੀਆਂ ਗਈਆਂ, ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜਿਹਨੂੰ ਭੁੱਲਿਆ ਨਹੀਂ ਗਿਣਦੇ, ਪੰਜਾਬ ਪ੍ਰਤੀ ਚੰਗੀ ਪਹੁੰਚ ਬਣਾਉਣ, ਉਹ ਚੰਗੀ ਪੰਜਾਬ ਪ੍ਰਤੀ ਨਿੱਗਰ ਸੋਚ ਲੈ ਕੇ ਪੰਜਾਬੀਆਂ ਨਾਲ ਕੀਤੇ ਹੋਏ ਵਾਅਦਿਆਂ ਦੇ ਖਰੇ ਉਤਰਨ, ਫਿਰ ਅਸੀਂ